ਅੰਮ੍ਰਿਤ ਵੇਲੇ ਨਹੀਂ ਉੱਠਿਆ ਗਿਆ ਸਮਝ ਲਓ ਗੁਰੂ ਦਾ ਹੱਥ ਸਿਰ ਤੋਂ ਚੁੱਕਿਆ ਗਿਆ ਪਾਣੀ ਦੇ ਪੈਰੇ ਘਟ ਗਏ ਸਮਝ ਲਓ ਗੁਰੂ ਦਾ ਹੱਥ ਸਿਰ ਤੋਂ ਚੁੱਕਿਆ ਗਿਆ ਕਿਸੇ ਗੁਰਮੁਖ ਆਤਮਾ ਦੀ ਨਿਰਾਦਰੀ ਹੋ ਗਈ ਹੈ ਸਮਝ ਲਓ ਗੁਰੂ ਦਾ ਹੱਥ ਸਿਰ ਤੋਂ ਚੁੱਕਿਆ ਘਰੇਲੂ ਕੰਮ ਨੂੰ ਤੂੰ ਇੱਕ ਨੰਬਰ ਤੇ ਰੱਖ ਦਿੱਤਾ ਤੇ ਕੀਰਤਨ ਨੂੰ ਮਿਸ ਕਰ ਦਿੱਤਾ ਸਮਝ ਲਓ ਗੁਰੂ ਦਾ ਹੱਥ ਸਿਰ ਤੋਂ ਚੁੱਕਿਆ ਇਹ ਲਾਈਵ ਦੇਖਣ ਵਾਲੇ ਧਿਆਨ ਰੱਖੋ ਤੁਸੀਂ 4 ਵਜੇ ਇੰਜ ਹੀ ਸ਼ੁਰੂ ਕਰੋ ਵੀ ਜਿਵੇਂ ਪਹੁੰਚ ਗਏ ਆਪਾਂ ਭਲਾਈ ਸਵਾ ਸੱਤ ਸਾਢੇ ਸੱਤ ਇੰਜ ਹੀ ਸਮਾਪਤੀ ਕਰੋ ਵੀ ਜਿਵੇਂ ਬੈਠੇ ਹਾਂ ਹਜ਼ੂਰੀ ਵਿੱਚ ਹੀ ਭਾਵਨਾ ਹੀ ਸਭ ਕੁਝ ਕਈਆਂ ਦੇ ਇੰਨੇ ਫੋਨ ਆਉਂਦੇ ਆ ਵੀ ਅਸੀਂ 7:30 ਪੌਣੇ 8 ਤੋਂ ਬਾਅਦ ਹੀ ਫਿਰ ਚਾਹ ਦਾ ਕੱਪ ਲਈਦਾ ਕਿ ਹੁਣ 2.5-3 ਘੰਟੇ ਹੋ ਗਏ ਬੈਠੇ ਆ ਆਖੋ ਸਵਾਤ ਉਹ ਸਿਰ ਤੇ ਹੱਥ ਅੱਜ ਐਤਵਾਰ ਏ ਅੱਜ ਵੀਰਵਾਰ ਏ ਉਹ ਆਪਾਂ ਫਲਾਣਾ ਕੰਮ ਕੱਢ ਆਈਏ ਰੂਟੀਨ ਤੇ ਹੋਈ ਪਈ ਅਪਸੈਟ ਕੀ ਬਹਿਣਾ ਘਰ ਸਮਝ ਲਓ ਗੁਰੂ ਤੇਗ ਬਹਾਦਰ ਜੀ ਦਾ ਹੱਥ ਚੁੱਕਿਆ ਗਿਆ ਮੰਗਤੇ ਬਣ ਬਣ ਮੰਗੀਏ ਇਹ ਭੁੱਖ ਤੇ ਵੱਧਦੀ ਜਾ ਘਟੇ ਨਾ ਕੋਈ ਗੁਰਗਵਾਲ ਸਿੰਘ ਕਹਿ ਨਹੀਂ ਰਿਹਾ ਬਾਬਾ ਜੀ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਸਿਰ ਕਰਮਾ ਇਹਦੇ ਤੋਂ ਵੱਡਾ ਸ਼੍ਰੋਮਣੀ ਕਰਮ ਹੀ ਕੋਈ ਨਹੀਂ ਸਤ ਸੰਗਤ ਦਾ ਚੌਂਕੜਾ ਮਾਰ ਕੇ ਰਸ ਲੈਣ ਇਹ ਸ਼੍ਰੋਮਣੀ ਕਰਮ ਆ ਸਿਰ ਤੇ ਹੱਥ ਮੰਗਣਾ ਹੈ ਨੌਵੇਂ ਪਾਤਸ਼ਾਹ ਸ੍ਰਿਸ਼ਟੀ ਦੇ ਨਾਥ ਵੀ ਰਹੇ ਸਰਪੇ ਜ਼ਰੂਰ ਦੇਣਾ ਹਮਰੀ ਕਰੋ ਹਾਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨਨ ਮਨ ਰਹਿ ਗਮਾਰਾ ਬਸੇ ਮੋਰੋ ਪਰਵਰ ਸੇਵਕ ਸਿੱਖ ਸਵੇ ਕਰਤਾਰ ਨੌਵੇਂ ਪਾਤਸ਼ਾਹ ਸ੍ਰਿਸ਼ਟੀ ਦੇ ਨਾਥ ਵੀ ਰਹੇ ਸਰ ਪੇ ਮੇਰੇ ਤੇਰਾ ਇਹਦੇ ਤੋਂ ਹੋਰ ਸਮਾਂ ਭਿਆਨਕ ਕਿਹੜਾ ਵੇਖਣਾ ਅਜੇ ਵੀ ਸਵਾਸਾਂ ਨੂੰ ਨਾ ਸੰਭਾਲਿਆ ਅਜੇ ਵੀ ਘਰੇਲੂ ਕੰਮਾਂ ਨੂੰ 1 ਨੰਬਰ ਤੇ ਰੱਖਿਆ ਸੰਗਤ ਦੀਆਂ ਘੜੀਆਂ ਨੂੰ 2 ਨੰਬਰ ਤੇ ਰੱਖਿਆ ਤੇ ਅਜੇ ਵੀ ਨਾ ਸੰਭਲੇ ਤੇ ਕਦੋਂ ਸੰਭਲਾ
ਸ਼ਤਾਬਦੀਆਂ ਵੀ ਤੁਹਾਡੇ ਮੇਰੇ ਕਰਮਾਂ 'ਚ ਲਿਖੀਆਂ ਸੀ ਵੇਖਣੀਆਂ ਅਤੇ ਆਹ ਸਮੇਂ ਵੀ ਲਿਖੇ ਸੀ ਨਿਰਗੁਣ ਆ ਰਹੇ ਆਨੇ ਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਹੁਣ ਦਿਓ ਕਿੰਨੇ ਸੀਨ ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਹੋਰ ਕਦੋਂ ਸੰਭਲਣਾ